बीसी ਦੇ ਵਿੱਚ ਇਸ ਵੇਲੇ ਗਰਮੀ ਦਾ ਪ੍ਰਕੋਪ ਜਿਹੜਾ ਜਾਰੀ ਹੈ ਤਕਰੀਬਨ ਪਿਛਲੇ ਡੇਢ ਮਹੀਨੇ ਤੋਂ ਇੱਥੇ ਮੀਂਹ ਨਹੀਂ ਪਿਆ। ਮੀਂਹ ਨਾ ਪੈਣ ਦੇ ਕਾਰਨ ਜਿਹੜੇ ਦਰਖਤ ਆ ਪੌਣ ਪਾਣੀ ਆ ਇਸ ਦਾ ਕਿ ਛੋਟੀਆਂ ਵੱਡੀਆਂ ਛੱਪੜੀਆਂ ਆ ਤੇ ਇਹ ਸੁੱਕ ਗਈਆਂ ਆ। ਘਾਹ ਤਾਂ ਪਹਿਲਾਂ ਬਹੁਤ ਚਿਰ ਦੇ ਜਿਹੜੇ ਆ ਉਹ ਸੁੱਕ ਕੇ ਗੋਲਡਨ ਕਲਰ ਦੇ ਹੋਏ ਹੋਏ ਆ। ਹੁਣ ਅਜਿਹੇ ਮੌਸਮ ਦੇ ਵਿੱਚ ਜਿੱਥੇ ਕਿ ਅੱਗਾਂ ਇੰਨੀਆਂ ਲੱਗੀਆਂ ਹੋਈਆਂ ਆ ਅਤੇ ਉੱਥੇ ਨਾਲੇ ਬਚਾਉਣ ਦੇ ਵਾਸਤੇ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਜਾਰੀ ਆ। ਵੈਨਕੂਵਰ ਦੇ ਵਿੱਚ ਜਦੋਂ ਕੋਈ ਘੁੰਮਣ ਫਿਰਨ ਲਈ ਆਉਂਦਾ ਇੱਥੇ ਤਾਂ ਉਹਦੀ ਇੱਕ ਖਾਹਿਸ਼ ਹੁੰਦੀ ਆ ਕਿ ਮੈਂ ਸਟੈਨਲੀ ਪਾਰਕ ਜਿਹੜਾ ਡਾਊਨਟਾਊਨ ਦੇ ਨਾਲ ਆ ਉਹ ਜ਼ਰੂਰ ਦੇਖਣਾ ਆ। ਸੈਂਕੜੇ ਏਕੜਾਂ ਦੇ ਵਿੱਚ ਫੈਲਿਆ ਇਹ ਬਹੁਤ ਹੀ ਖੂਬਸੂਰਤ ਪਾਰਕ, ਜਗਤ ਪ੍ਰਸਿੱਧ ਪਾਰਕ ਆਪਾਂ ਇਹਨੂੰ ਕਹਿ ਸਕਦੇ ਹਾਂ। ਉੱਥੇ ਗਰਮੀ ਦੇ ਕਾਰਨ ਜਿਹੜੀ ਆ ਖੁਸ਼ਕੀ ਬਹੁਤ ਪੈਦਾ ਹੋ ਗਈ ਆ ਅਤੇ ਇਸ ਕਰਕੇ ਰਾਤ ਦੇ ਸਮੇਂ ਦੇ ਵਾਸਤੇ ਇਸ ਪਾਰਕ ਨੂੰ ਬੰਦ ਕਰ ਦਿੱਤਾ ਗਿਆ। ਅੱਗੇ ਇਹ ਸਾਰਾ ਦਿਨ ਰਾਤ ਖੁੱਲ੍ਹਾ ਰਹਿੰਦਾ, ਲੋਕ ਆਉਂਦੇ ਜਾਂਦੇ ਸੀਗੇ, ਬਾਈਕ ਚਲਾਉਂਦੇ ਆ, ਦੌੜਦੇ ਆ ਸੀ ਵਾਲ ਦੇ ਉੱਤੇ। ਪਰ ਹੁਣ ਜਿਹੜਾ ਵੈਨਕੂਵਰ ਪਾਰਕ ਬੋਰਡ ਆ ਉਹਨਾਂ ਨੇ ਕਿਹਾ ਕਿ ਖੁਸ਼ਕੀ ਇੰਨੀ ਵੱਧ ਗਈ ਆ ਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੀ ਵੀ ਗਲਤੀ ਕਰਕੇ ਜਿਹੜੀ ਇੱਥੇ ਅੱਗ ਲੱਗੇ ਅਤੇ ਉਹਦਾ ਨੁਕਸਾਨ ਜਿਹੜਾ ਆ ਮੁੜ ਕੇ ਇਸ ਵਡਮੁੱਲੇ ਪਾਰਕ ਨੂੰ ਜਿਹੜਾ ਆ ਭੁਗਤਣਾ ਪਵੇ। ਇਸ ਕਰਕੇ ਰਾਤ ਨੂੰ 10 ਵਜੇ ਤੋਂ ਲੈ ਕੇ ਤੜਕੇ 6 ਵਜੇ ਤੱਕ ਜਿਹੜਾ ਇਹ ਪਾਰਕ ਆ ਬੰਦ ਰਿਹਾ ਕਰੂਗਾ। ਇਹ ਪਾਰਕ ਇੰਨਾ ਵੱਡਾ ਹੈ ਕਿ ਇਹਨੂੰ ਬਹੁਤ ਸਾਰੇ ਜਿਹੜੇ ਦਾਖਲਾ ਸਥਾਨ ਹੈ ਜਿੱਥੋਂ ਤੁਸੀਂ ਅੰਦਰ ਵੜ ਸਕਦੇ ਹਾਂ ਉਹਨਾਂ ਸਾਰਿਆਂ ਦੇ ਉੱਤੇ ਸਿਕਿਉਰਿਟੀ ਗਾਰਡ ਨਿਯੁਕਤ ਕੀਤੇ ਜਾਣਗੇ। ਉਹੀ ਲੋਕ ਅੰਦਰ ਜਾ ਸਕਣਗੇ ਜਿਹਨਾਂ ਨੂੰ ਕੋਈ ਜ਼ਰੂਰੀ ਕੰਮ ਆ, ਅੰਦਰ ਕੋਈ ਕੰਮ ਵਗੈਰਾ ਕਰਦੇ ਆ ਜਾਂ ਮੇਨਟੇਨੈਂਸ ਕਰਦੇ ਆ ਜਾਂ ਕੋਈ ਰੈਸਟੋਰੈਂਟ ਵਗੈਰਾ ਉੱਥੇ ਕੰਮ ਕਰਦੇ ਆ। ਅਦਰਵਾਈਜ਼ ਆਮ ਲੋਕ ਜਿਹੜੇ ਆ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਨਹੀਂ ਜਾ ਸਕਣਗੇ। ਕਾਰਨ ਉਹਨਾਂ ਨੇ ਇਹੀ ਦੱਸਿਆ ਕਿ ਜਿਹੜਾ ਹਾਲਾਤ ਨੇ ਇਸ ਹਿਸਾਬ ਬਣੇ ਹੋਏ ਆ ਕਿ ਖੁਸ਼ਕੀ ਬਹੁਤ ਆ, ਮਾੜੀ ਜਿਹੀ ਵੀ ਅੱਗ ਦੀ ਚੰਗਿਆੜੀ ਜਿਹੜੀ ਆ ਇਸ ਪਾਰਕ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਸਕਦੀ ਹੈ, ਉਸ ਤੋਂ ਬਚਾਅ ਦੇ ਵਾਸਤੇ ਇਹ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ। ਇਸੇ ਦੌਰਾਨ BC ਸਰਕਾਰ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਆ ਕਿ ਲੌਂਗ ਵੀਕਐਂਡ ਆ ਰਿਹਾ, ਹੁਣ ਸਿਵਿਕ ਹੋਲੀਡੇ ਆ, ਸੈਟਰਡੇ ਸੰਡੇ ਮੰਡੇ 3 ਦਿਨ ਛੁੱਟੀਆਂ ਰਹਿਣੀਆਂ ਅਤੇ ਉਹ ਕਹਿੰਦੇ ਬਹੁਤ ਸਾਰੇ ਲੋਕ ਬਾਹਰ ਘੁੰਮਣ ਜਾ ਰਹੇ ਆ। ਜੋ ਬਾਹਰ ਘੁੰਮਣ ਦੀ ਗੱਲ ਕਰਦੇ ਹਾਂ ਤੁਸੀਂ ਇੱਥੋਂ ਦੇਖ ਲੈ ਕੋਈ ਲੋਕਾਂ 'ਚ ਇੰਨਾ ਉਤਸ਼ਾਹ ਆ ਕਿ ਵੀਕਐਂਡ ਦੀਆਂ ਸਾਰੀਆਂ ਸੇਲਿੰਗਸ ਫੈਰੀ ਵਾਸਤੇ ਜਿਹੜੀਆਂ ਆਈਲੈਂਡ ਉੱਤੇ ਜਾਣੀਆਂ ਉਹ ਫੁੱਲ ਦਿਖਾ ਰਹੇ ਆ, ਲੋਕ ਪਹਿਲਾਂ ਬੁੱਕ ਕਰਕੇ ਬੈਠੇ ਆ ਅਤੇ ਬਹੁਤ ਸਾਰੇ ਲੋਕ ਜਿਹੜੇ BC ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਘੁੰਮਣ ਫਿਰਨ ਲਈ ਜਾਣਗੇ। ਸੋ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਆ ਕਿ ਪਹਿਲਾਂ ਹੀ ਅੱਗਾਂ ਬਹੁਤ ਲੱਗੀਆਂ ਹੋਈਆਂ, ਤੁਸੀਂ ਗੁਰੇਜ਼ ਕਰਿਓ ਕਿ ਕੋਈ ਵੀ ਸਿਗਰਟ ਦਾ ਟੋਟਾ ਸੁੱਟਣਾ ਆ, ਬਾਰਬਿਕਿਊ ਦਾ ਕੋਲਾ, ਤੁਹਾਡੀ ਗੱਡੀ ਦੇ ਵਿੱਚੋਂ ਕੋਈ ਇਹੋ ਜਿਹਾ ਕੈਮੀਕਲ ਨਹੀਂ ਡੁੱਲਣਾ ਚਾਹੀਦਾ ਜਿਹਨਾਂ ਅੱਗ ਪਵੇ। ਸੋ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣ ਲਈ ਜਿਹੜੀ ਆ ਬੇਨਤੀ BC ਸਰਕਾਰ ਵੱਲੋਂ ਕੀਤੀ ਗਈ ਆ ਅਤੇ ਨਾਲ ਦੀ ਨਾਲ ਇਹ ਵੀ ਚੇਤਾਵਨੀ ਦਿੱਤੀ ਗਈ ਆ ਕਿ ਜੇ ਤੁਸੀਂ ਸੈਂਟਰਲ ਲੋਕ ਨਗਰ ਕਲੋਨਾ ਵੱਲ ਜਾ ਰਹੇ ਹਾਂ ਤਾਂ ਉੱਥੇ ਤੁਹਾਨੂੰ ਸਖਤ ਗਰਮੀ, ਉਹਦੇ ਨਾਲ ਨਾਲ ਜੱਗਰੀਆਂ ਦਾ ਧੂੰਆਂ ਅਤੇ ਕਰੋਨਾ ਦੇ ਜਿਹੜੇ ਕੇਸ ਵਧੇ ਹੋਏ ਉਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ। ਇਸ ਕਰਕੇ ਤੁਸੀਂ ਆਪਣਾ ਵਿਚਾਰ ਜਿਹੜਾ ਬਚਾਅ ਆਪ ਕਰਕੇ ਜਾਣਾ ਆ। ਗਰਮੀ ਇੰਨੀ ਵੱਧ ਗਈ ਆ ਕਿ ਦਰਖਤ ਜਿਹੜੇ ਆ ਸੁੱਕ ਕੇ ਟੁੱਟਣ ਲੱਗੇ ਆ, ਜੇ ਕਿਤੇ ਖੁਦਾ ਨਾ ਖਾਸਦਾ ਕੋਈ ਮਾੜੀ ਜੁੱਟੀ ਵੀ ਹਵਾ ਤੇਜ਼ ਚੱਲੀ ਤਾਂ ਕਾਫੀ ਜਿਹੜੇ ਦਰਖਤ ਆ ਉਹ ਡਿੱਗ ਸਕਦੇ ਆ। ਬੇਸ਼ੱਕ ਆਉਣ ਵਾਲੇ ਦਿਨਾਂ ਦੇ ਵਿੱਚ ਵੀਰਵਾਰ ਤੋਂ ਥੋੜ੍ਹਾ ਜਿਹਾ ਮੌਸਮ ਦੇ ਵਿੱਚ ਮੀਂਹ ਦਿਖਾ ਰਹੇ ਆ, ਉਹਦੇ ਨਾਲ ਬਚਾਅ ਹੋਣ ਦੀ ਜਿਹੜੀ ਕਾਫੀ ਆਸ ਆ। ਅਦਰਵਾਈਜ਼ ਅੱਜ ਜਿਹਨਾਂ ਲੋਕਾਂ ਨੂੰ ਸਾਹ ਲੈਣ ਦੀ ਤਕਲੀਫ ਹੈ ਉਹਨਾਂ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਮੌਸਮ ਜਿਹੜਾ ਆ ਉਹ ਕਾਫੀ ਗੰਧਲਾ ਹੋ ਚੁੱਕਾ ਹੈ, ਧੂੰਆਂ ਬਹੁਤ ਰਲ ਚੁੱਕਾ ਆ। ਕੁਦਰਤੀ ਗੱਲ ਆ ਕਿ ਜਿਹੜੇ BC ਦੇ ਮਨੁੱਖ ਨੇ ਚਾਹੇ ਜਾਨਵਰ ਨੇ, ਦਰਖਤ ਨੇ, ਪੰਛੀ ਨੇ, ਚਾਹੇ ਇੱਥੋਂ ਤੱਕ ਪਹਾੜ ਨੇ, ਇਹ ਗਿੱਜ ਗਏ ਆ ਕਿ ਮੀਂਹ ਜਿਹੜਾ ਰੈਗੂਲਰ ਪੈਂਦਾ ਰਹੇ। ਜਦੋਂ ਨਹੀਂ ਮੀਂਹ ਰੈਗੂਲਰ ਪੈਂਦਾ ਤਾਂ ਇਹ ਬੇਚੈਨ ਹੋ ਜਾਂਦੇ ਆ। ਸਕੋਮਿਸ਼ ਵਿਸਲਰ ਨੂੰ ਜਾਂਦਿਆਂ ਇੱਕ ਵੱਡਾ ਸ਼ਹਿਰ ਜਿਹੜਾ ਆ ਆਉਂਦਾ, ਜਿੱਥੇ ਇੱਕ ਬਹੁਤ ਹੀ ਵੱਡਾ ਪਹਾੜ ਆ ਜਿਹਨੂੰ ਕਿ ਸਕੋਮਿਸ਼ ਚੀਫ ਕਿਹਾ ਜਾਂਦਾ, ਉਹ ਇੰਨਾ ਖੁਸ਼ਕ ਹੋ ਗਿਆ ਕਿ ਪੱਥਰ ਦਾ ਪਹਾੜ ਜਿਹੜਾ ਉਹਦੇ 'ਚ ਵੱਡੇ ਵੱਡੇ ਪੱਥਰ ਟੁੱਟ ਕੇ ਹੇਠਾਂ ਡਿੱਗ ਰਹੇ ਆ। ਸੋ ਇਹ ਸਾਰਾ ਖੁਸ਼ਕੀ ਦੇ ਕਾਰਨ ਹੋਇਆ ਦੱਸਿਆ ਜਾ ਰਿਹਾ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।